पिछले काफ़ी लंबे समय तो अपनियां हक्की मंगां नूं लै के पंजाब सरकार दे खिलाफ धरने ते बैठे सुविधा केंद्र दे मुलाजमान ने श्री मुक्तसर साहिब विखे डीसी दफ्तर दे सामने पंजाब सरकार खिलाफ जम के नारेबाजी की है अते सुखबीर सिंह बादल दा पिट स्यापा कीता। इस सुविधा केंद्र दे मुलाजम अपने आप नूं ठेकेदारी सिस्टम तो कढ के पंजाब सरकार अधीन काम करन लई संघर्ष कर रहे ने। उन्होंने मांग की है कि पंजाब सरकार सानू काफ़ी लंबे समय तो लारे लगा रही है कि उन्होंने पक्का किया जाएगा, उल्टा पंजाब सरकार के हुक्मों सानू टर्मीनेट कर दिता गया है। साढ़े साथी मुलाजमान जेल में बंद किया गया। साड़ी सरकार को एको एक मंग है कि सानू सीधे तौर पर पक्का किया जाए और जेल में बंद साढ़े साथी मुलाजमान रिहा किया जाए। जे सरकार ने साड़िया मंगा ना मनिया तो यह संघर्ष होर भी तेज होगा। ਅਸੀਂ ਅੱਜ 12 ਦਿਨ ਹੋ ਗਏ ਧਰਨੇ ਤੇ ਬੈਠੇ ਹਾਂ ਪਰ ਸਰਕਾਰ ਵੱਲੋਂ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ। ਅਸੀਂ ਸਾਰੇ ਜੈਨੂਅਨ ਤੰਗ ਨਾਲ ਭਰਤੀ ਹੋਏ ਹਾਂ। ਸਾਡੀ ਬਹੁਤ ਜਾਇਜ਼ ਮੰਗਾਂ ਨੇ ਜਿਹੜੀ ਸਰਕਾਰ ਤੋਂ ਬਹੁਤ ਸ਼ਾਂਤਮਈ ਤਰੀਕੇ ਨਾਲ ਮੰਗ ਰਹੇ ਹਾਂ ਪਰ ਫਿਰ ਵੀ ਸਰਕਾਰ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਤੁਹਾਡੇ ਕੋਲ ਆਇਆ ਹੈ ਕੋਈ? ਨਹੀਂ, ਸਾਡੇ ਕੋਲ ਕੋਈ ਨੁਮਾਇੰਦਾ ਹੁਣ ਤੱਕ ਨਹੀਂ ਆਇਆ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਸਾਡੀ ਇਹ ਮੰਗ ਹੈ ਕਿ ਸਾਡੇ ਜਿਹੜੇ 12-12 ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਸੁਵਿਧਾ ਵਿੱਚ, ਸਾਡੀ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਜੋ ਸਾਡਾ ਜਿਹੜਾ ਸਾਡਾ ਕੰਮ ਦਾ ਸਾਨੂੰ ਬਣਦਾ ਹੱਕ ਸਾਨੂੰ ਮਿਲੇ। ਜੇਕਰ ਤੁਹਾਡੀਆਂ ਮੰਗਾਂ ਨਾ ਮੰਨੀਆਂ ਫਿਰ ਤੁਸੀਂ ਕਰੋਗੇ ਜੀ? ਸਾਡਾ ਜੋ ਵੀ ਸਾਡਾ ਐਕਸ਼ਨ ਹੋਏਗਾ ਉਹਦੇ ਲਈ ਸਰਕਾਰ ਆਪ ਜ਼ਿੰਮੇਵਾਰ ਹੋਏਗੀ। ਇਹ ਤੁਹਾਡਾ ਧਰਨਾ ਕਦੋਂ ਤੱਕ ਜਾਰੀ ਹੋਊਗਾ ਜੀ? ਇਹ ਅਨਮਿੱਥੇ ਸਮੇਂ ਲਈ ਹੈਗਾ ਜਦ ਤੱਕ ਸਾਡੀ ਮੰਗਾਂ ਨਹੀਂ ਮੰਗੀਆਂ ਜਾਂਦੀਆਂ। ਠੀਕ ਹੈ। 8 ਦਿਨ ਤੇ ਚੱਲ ਰਿਹਾ ਹੈ। ਅਸੀਂ ਚੰਡੀਗੜ੍ਹ ਤੋਂ ਧਰਨਾ ਸ਼ੁਰੂ ਕੀਤਾ, ਲੰਬੀ ਬਾਦਲ ਸਾਹਿਬ ਦੇ ਹਲਕੇ 'ਚ ਹੀ ਬੈਠੇ ਹਾਂ। ਉਸ ਤੋਂ ਬਾਅਦ ਅਸੀਂ ਮੁਕਤਸਰ ਸਾਹਿਬ ਧਰਨਾ ਲਾਇਆ ਹੋਇਆ ਰੈਗੂਲਰ। ਸਾਨੂੰ ਕੋਈ ਵੀ ਜਿਹੜਾ ਪੰਜਾਬ ਸਰਕਾਰ ਦਾ ਨੁਮਾਇੰਦਾ ਸਾਡੀ ਗੱਲ ਸੁਣ ਨਹੀਂ ਆਇਆ। ਸੀਐਮ ਸਾਹਿਬ ਨਾਲ 5 ਮੀਟਿੰਗਾਂ ਹੋ ਗਈਆਂ, 2 ਮੀਟਿੰਗਾਂ ਡਿਪਟੀ ਸੀਐਮ ਸਾਹਿਬ ਨਾਲ ਹੋ ਗਈਆਂ। ਪਹਿਲਾਂ ਸੀਐਮ ਸਾਹਿਬ ਕਹਿੰਦੇ ਸੀ ਡਿਪਟੀ ਸੀਐਮ ਸਾਹਿਬ ਨਹੀਂ ਮੰਨਦੇ, ਹੁਣ ਡਿਪਟੀ ਸੀਐਮ ਸਾਹਿਬ ਕਹਿੰਦੇ ਤੁਹਾਡਾ ਡਾਇਰੈਕਟਰ ਨਹੀਂ ਮੰਨਦਾ। ਇਹ ਸਾਡੇ ਨਾਲ ਕੋੜਾ ਮਜ਼ਾਕ ਹੋ ਰਿਹਾ ਕਿ ਜਿਹੜਾ ਡਾਇਰੈਕਟਰ ਸਾਹਿਬ ਨੇ ਉਹ ਪੰਜਾਬ ਸਰਕਾਰ ਦੇ ਕੰਮ ਕਰਦੇ ਨੇ, ਉਹਨਾਂ ਨੂੰ ਕੀ ਪ੍ਰੋਬਲਮ ਹੈ ਚੁੱਕਾ ਸਾਡੀ ਮੰਗ ਨਾ ਮੰਨਣ ਦੇ ਵਿੱਚ? ਕਿਉਂਕਿ ਸਾਡੀਆਂ ਜਾਇਜ਼ ਮੰਗਾਂ ਨੇ, ਅਸੀਂ 12 ਸਾਲ ਤੋਂ ਕੰਮ ਕਰ ਰਹੇ ਹਾਂ ਅਤੇ ਬਿਲਕੁਲ ਹੀ ਤਰੀਕੇ ਨਾਲ ਸਹੀ ਪਾਰਦਰਸ਼ੀ ਢੰਗ ਨਾਲ ਅਸੀਂ ਵਰਤੀ ਹੋਏ ਸਾਰਿਆਂ ਨੇ। ਅਤੇ ਸਾਡੇ 'ਚ ਕਈ ਸਾਥੀ ਓਵਰੇਜ ਵੀ ਹੋ ਚੁੱਕੇ ਹਨ ਜਿਹਨਾਂ ਦਾ ਸਾਰਾ ਕਾਰੋਬਾਰ, ਪਰਿਵਾਰ, ਪਾਲਣ ਪੋਸ਼ਣ ਸਾਰਾ ਇਸੇ ਨੌਕਰੀ 'ਤੇ ਚੱਲਦਾ। ਸਾਨੂੰ ਜਲਦੀ ਜਲਦੀ ਸਾਨੂੰ ਰੈਗੂਲਰ ਕੀਤਾ ਜਾਵੇ, ਸਰਕਾਰ 'ਤੇ ਹੀ ਮੰਗ ਹੈ। ਜੇਕਰ ਕੋਈ ਵੀ ਸਿੱਟਾ ਨਿਕਲਦਾ ਹੈ ਪ੍ਰਸ਼ਾਸਨ, ਸਰਕਾਰ, ਡਿਪਟੀ ਸੀ ਐੱਮ ਸਾਹਿਬ 'ਚ ਜ਼ਿੰਮੇਵਾਰ ਹੋਣਗੇ। ਧੰਨਵਾਦ। ਮੁਕਤਸਰ ਤੋਂ ਤਰਸੇਮ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।